ਅਸਲਾਮ ਵਾਲੇਕੁਮ ਭੈਣ ਤੇ ਭਰਾਓ, ਮੈਂ ਤੁਹਾਡਾ ਆਪਣਾ ਜ਼ਫਰੀ ਖਾਨ। ਅਸਲਾਮ ਵਾਲੇਕੁਮ ਭੈਣੋ ਤੇ ਭਰਾਓ, ਮੈਂ ਤੁਹਾਡਾ ਆਪਣਾ ਬਾਸਿਤ ਖਾਨ। ਅਸਲਾਮ ਵਾਲੇਕੁਮ ਭੈਣੋ ਤੇ ਭਰਾਓ, ਮੈਂ ਤੁਹਾਡਾ ਮਾਨੀ ਖਾਨ। ਅਸਲਾਮ ਵਾਲੇਕੁਮ ਭੈਣੋ ਤੇ ਭਰਾਓ, ਮੈਂ ਤੁਹਾਡਾ ਦਾਨਿਆਲ ਚੌਧਰੀ। ਦੇਖੋ ਮੈਂ ਮੁਸ਼ਕਤ ਕਰਾ ਲਈ ਹੈ, ਕਿਉਂਕਿ ਅੱਜ ਅਸੀਂ ਬਣਾ ਰਹੇ ਹਾਂ ਵੱਡੇ ਪਾਵੇ। ਵਾਹ ਜੀ, ਹੈ ਜੀ, ਬੀਫ ਪਾਵੇ ਬਣਾ ਰਹੇ ਹਾਂ ਅੱਜ ਅਸੀਂ, ਤੇ ਉਹ ਚੁੱਕੇ ਲੈਂਦੇ ਨੇ ਟਾਈਮ ਜ਼ਿਆਦਾ। ਬਿਲਕੁਲ, ਤੇ ਅਸੀਂ ਤਕਰੀਬਨ ਸਵੇਰ 12 ਵਜੇ ਦੇ ਚੜਾਏ ਸਨ, ਜਿਹੜੇ ਕਿ ਹੁਣ ਗਲ ਗਏ ਨੇ। ਤੇ ਅੱਜ ਮੈਂ ਦਿਨ ਇਹਨਾਂ ਕੋਲ ਕੰਮ ਕਰਾ ਲਿਆ, ਇਸ ਲਈ ਮੈਂ ਇਹਨਾਂ ਦੀ ਨਾ ਸਾਦੀ ਜੀ ਇੰਟਰੋਡਕਸ਼ਨ ਕਰਾ ਲਿਆ। ਇਹ ਦੇਖੋ ਜੀ, ਕਰਾ ਇਹ ਸਾਡੇ ਪਾਏ ਜਿਹੜੇ ਨੇ ਤਕਰੀਬਨ ਰੈਡੀ ਨੇ। ਇਹ ਦੇਖੋ, ਠੀਕ ਹੈ ਜੀ, ਇਹ ਸਾਡੇ ਪਾਏ ਰੈਡੀ ਨੇ, ਕਿਉਂਕਿ ਅਸੀਂ ਇਹ ਦੇਖੋ ਗੱਲ ਗਏ ਨੇ, ਠੀਕ ਹੈ ਜੀ। ਤੇ ਇਹ ਇਹਨਾਂ ਦੀ ਅਸੀਂ ਜਿਹੜੀ ਯਖਨੀ ਕੱਢੀ ਹੈ, ਦੇਖੋ ਮਾਵਿਆਂ ਦੀ, ਇਹਦਾ ਸ਼ੋਰਬਾ ਕੱਢਿਆ ਹੋਇਆ ਸੀ। ਤੇ ਹੁਣ ਅਸੀਂ ਜ਼ਰਾ ਇਹਨਾਂ ਨੂੰ ਆਇਲ ਥੋੜ੍ਹਾ ਜਿਹਾ ਪਾ ਕੇ ਤੇ ਭੁੰਨਾਂਗੇ, ਭੁੰਨ ਕੇ ਸ਼ੋਰਾ ਐਡ ਕਰਾਂਗੇ। ਤੇ ਬਾਕੀ ਇਹਦੇ ਵਿੱਚ ਅਸੀਂ ਪਿਆਜ਼, ਥੋੜ੍ਹਾ ਜਿਹਾ ਹਸਬੇ ਜ਼ਾਇਕਾ, ਤੇ ਅਦਰਕ ਲਸਣ ਦਾ ਪੇਸਟ, ਹਰੀ ਮਿਰਚ, ਲਾਲ ਮਿਰਚ, ਨਮਕ, ਇਹ ਸਾਰਾ ਕੁਝ ਅਸੀਂ ਐਡ ਕੀਤਾ। ਟਮਾਟਰ ਪਾਵਿਆਂ 'ਚ ਅਸੀਂ ਕਦੀ ਵੀ ਨਹੀਂ ਪਾਏ, ਤੇ ਸਿਆਣੇ ਕਹਿੰਦੇ ਨੇ ਕਿ ਪਾਣੇ ਵੀ ਨਹੀਂ ਚਾਹੀਦੇ। ਹਾਂਜੀ, ਕਿਉਂਕਿ ਟਮਾਟਰ ਜਿਹੜਾ ਨਾ ਉਹ ਮਿੱਠਾ ਮਿੱਠਾ ਸਾਲਣ ਕਰਦਾ। ਪਿਆਜ਼ ਵੀ ਥੋੜ੍ਹਾ ਪਾਉਣਾ ਤੁਸੀਂ ਇਹਦੇ 'ਚ। ਅਸੀਂ 5 ਮਿੰਟ ਭੁੰਨਾਂਗੇ ਇਹਨਾਂ ਨੂੰ, ਕਿਉਂਕਿ ਇਹਨਾਂ 'ਚ ਨਾ ਅਸੀਂ ਜਦੋਂ ਨਮਕ ਮਿਰਚਾਂ ਮਸਾਲਾ ਪਾ ਕੇ ਚੜਾਇਆ ਸੀ ਤਾਂ ਉਦੋਂ ਅਸੀਂ ਥੋੜ੍ਹਾ ਜਿਹਾ ਆਇਲ ਪਾਇਆ ਸੀ ਵਿੱਚ। ਤਾਂ ਗਿਆ ਦੇਖੋ ਨਾ, ਜ਼ਰਾ ਤਰੀ ਜੀ ਤਾਂ ਨਜ਼ਰ ਆ ਰਹੀ ਨਾ, ਤਾਂ ਕਿ ਆਇਲ ਇਸ ਲਈ ਅਸੀਂ ਪਾਇਆ ਸੀ ਕਿ ਗਲਦਿਆਂ ਗਲਦਿਆਂ ਆਇਲ ਜਿਹੜਾ ਇਹਨਾਂ ਦੀਆਂ ਹੱਡੀਆਂ 'ਚ ਵੜ ਜਾਏ। ਆ ਦੇਖੋ ਜੀ, ਜ਼ਰਾ ਕਲਰ ਕਿਆ ਖੂਬਸੂਰਤ ਹੈ, ਦੇਖੋ ਵਾਈਟ ਕਲਰ ਹੈ। ਸਰ ਮੌਸਮ ਕੇ ਮੁਤਾਬਿਕ ਹੱਡੀ ਪੱਕਦੀ ਹੈ ਵੈਸੇ? ਨਹੀਂ, ਸਰਦੀ ਤੇ ਦੇਖੋ ਬਾਹਰ ਕਿੰਨੀ ਪਾਵੇ ਪਾਵੇ ਹੋਏ ਪਏ ਨੇ। ਨਹੀਂ, ਮੇਰਾ ਤੇ ਦਿਲ ਕਰ ਰਿਹਾ ਸੀ ਕਿ ਭੈਣਾ ਭਰਾਵਾਂ ਦੇ ਸਾਹਮਣੇ ਸਾਰਾ ਕੁਝ ਪਕਾਈਏ, ਲੇਕਿਨ ਇਹ ਕਿ 2-4-5 ਘੰਟੇ ਲੈਂਦੇ ਨੇ ਗਲਣ ਲੱਗੇ, ਉਹ ਫਿਰ ਇੰਨਾ ਲੰਬਾ ਵੀਡੀਓ ਤੇ ਨਹੀਂ ਬਣ ਸਕਦਾ। ਸਾਨੂੰ ਤਕਰੀਬਨ 15-20-25 ਮਿੰਟ ਹੋ ਗਏ ਨੇ ਭੁੰਨਦੇ। ਹੁਣ ਅਸੀਂ ਇਹ ਤਰ੍ਹਾਂ ਅਸੀਂ ਸ਼ੋਰਬਾ ਜਿਹੜਾ ਕੱਢਿਆ ਸੀ, ਇਹ ਜਿਹੜਾ ਸ਼ੋਰਬਾ ਕੱਢਿਆ ਸੀ ਹੁਣ ਐਡ ਕਰ ਸਕਦੇ। ਲਓ ਜੀ, ਇਹ ਸਾਡਾ ਦੇਖੋ ਜ਼ਰਾ ਕੈਸਾ ਪਿਆਰਾ ਪਾਵਿਆਂ ਦਾ ਕਲਰ ਹੋ ਗਿਆ, ਮੈਨੂੰ ਹੁਣੇ ਫਿਰ ਮੂੰਹ 'ਚ ਪਾਣੀ ਆਉਣ ਲੱਗ ਪਿਆ। ਹਾਂਜੀ, ਤੁਸੀਂ ਵੀ ਪਾਵੇ ਅੱਜ ਮਾਸ਼ਾਅੱਲਾ ਪਕਾ ਰਹੇ ਹੋ। ਅੱਛਾ ਜੀ, ਤੇ ਮਾਸ਼ਾਅੱਲਾ ਮਾਨੀ ਸਾਹਿਬ ਨੇ ਵੀ ਰੋਲਾ ਪਾਇਆ, ਅੱਜ ਮੈਂ ਪਾਵੇ ਖਾਣੇ, ਪਾਵੇ ਖਾਣੇ, ਪਾਵੇ ਖਾਣੇ। ਅੱਛਾ, ਤੇ ਮਹਿੰਦੇ ਵਾਲੇ ਗਿਆ ਤੇ ਮੰਜੀ ਦੇ ਪਾਵੇ ਨਾਲ ਰੋਟੀ ਲਾ ਲਾ ਖਾ ਰਹੇ। ਭੁੰਨ ਕੇ ਪਾਣੀ ਲਾ ਤਾ, ਸਾਡਾ ਪਾਣੀ ਪੱਕ ਰਿਹਾ। ਅਸੀਂ ਥੋੜ੍ਹੀ ਜਿਹੀ ਹਲਕੀ ਆਂਚ ਕਰਾਂਗੇ, ਅਸੀਂ ਤਕਰੀਬਨ 15 ਕੁ ਮਿੰਟ ਹੈ ਪਾਣੀ ਹਲਕੀ ਆਂਚ ਤੇ ਪੱਕੇਗਾ, ਤੇ ਫਿਰ ਖਮੀਰੀਆਂ ਰੋਟੀ। ਮਾਨੇ ਖਮੀਰੀਆਂ ਰੋਟੀਆਂ ਪੁੱਤਰੇ ਕਿੰਨੀਆਂ ਪਾਏ ਨਾ? ਮੈਂ ਕਹਿੰਦਾ ਅੱਜ ਤਾਂ ਸੋਕ ਲਾਇਆ, ਅੱਜ ਤਾਂ ਤੰਦੂਰ ਵਾਲੇ ਨੂੰ ਇੱਥੇ ਬੁਲਾ ਰਹੇ। ਬਾਸਤ ਨੂੰ ਵੇਖ ਲਓ। ਹਾਂਜੀ,
यार कसम से इस टाइम वही फीलिंग है। आप फुल हो गए होगे ना? मानी एक चम्मच ना फुल हो जाए। पहन तो भरा उधर कलर तो देखो आगे जरा क्या खूबसूरत। हां साहब बस दल भी देख लो। हां जी करो बुड्ढी को लत्ता खा के ਅਸੀਂ ਪੁੱਛਿਆ ਕੀ ਖਾਦਾ ਕਹਿੰਦਾ ਪਾਵੇ ਖਾਦੇ ਤੇ ਮੰਗੇ ਪਾਵਿਆਂ ਦੇ ਗੱਲ ਹੋ ਰਹੀ ਹੈ ਤੇ ਮੰਗੀਆਂ ਵੀ ਵੇਖ ਲੋ। ਮਾਨੀ ਨੇ ਕੁੜੀ ਕਹਿੰਦੀ ਮੈਨੂੰ ਆਪਣਾ ਨੰਬਰ ਦੇ ਕਹਿੰਦਾ ਬਾਜੀ 200 ਦੇ ਮੇਰੀ ਸੇਮ ਹੀ ਰੱਖ ਲਾ। ਲੋ ਜੀ ਇਹ ਹੁਣ ਸਾਡਾ ਆ ਗਿਆ ਇਹਦੇ ਤੇ ਥੋੜਾ ਜਿਹਾ ਹਾਏ ਧੱਕਣ ਇੱਕ ਮਿੰਟ ਦੀ ਮਾਨੀ ਹਾਂ ਸਾਹਿਬ ਹਾਂ ਜੀ ਅੱਧੇ ਘੰਟੇ ਤੋਂ ਅੱਧ ਸੇਕ ਰਿਹਾ ਉਹ ਜਿਹੜੇ ਤੁਸੀਂ ਪਾਵੇ ਬਣਾ ਰਹੇ ਹੋ ਕਿੱਥੇ ਨੇ ਤੁਸੀਂ ਪਾਵੇ ਖਾਣ ਵਾਸਤੇ ਆਏ? ਹਾਂ ਜੀ ਜੀ ਉਹ ਮਾਮੇ ਨੂੰ ਰੇੜੀ ਲਾ ਕੇ ਦਿੱਤੀ ਏ ਸਵੇਰੇ ਉਹਨੇ ਵੇਚਣੇ ਨੇ ਬਿਠਾਓ। ਲੋ ਜੀ ਤੁਸੀਂ ਤੇ ਰਹਿ ਗਏ ਫਿਰ ਅੱਜ ਤੇ ਰਹਿ ਗਏ ਆ। ਨਹੀਂ ਤੇ ਤੂੰ ਕੀ ਕਰੇਗਾ ਮਾਲੇ? ਭਾਈ ਮੈਂ ਤੇ ਮਾਮੇ ਨੂੰ ਬੋਣੀ ਕਰਾ ਕੇ ਆਇਆ ਤੇ ਮੈਂ ਆਪਣਾ ਸਣ ਲੈ। ਕਿੰਨੇ ਦੀ ਬੋਣੀ ਕਰਾਈ? 150 ਦੀ। 150 ਦਾ ਪਿਆਲਾ ਵੇਚਿਆ ਬਸ ਇਕੱਠਾ ਹੀ 150 ਅੱਧਾ ਆ ਪਿਆਲਾ ਬਿਟਾ ਸੀ ਬਣਾਏ ਨੇ ਪਾ ਪਿਆਲਾ। कान एडे छोटे ने तू किवें सुन लैंदा? मैं वैसे वड्डे कान वेखे सी छोटे मैं पहली वारी वेखे। अगले ने अपने मोबाइल तो एक मिनट की कॉल ही की होंगी एदे मोबाइल ते को 7 मिनट च पहुंच दी। एदे निके कान ने एदे पावे ते मामा लै गए ते दाल माश बना दिया तरली थोड़ी जी। खास साहब मां दी दाल च वड्डी उजरी पाई होवे चनिया दी दाल नूं अब्बे दी दाल कहिंदे ने। क्यों? मोटी हुंदी ने थोड़ा भारी सख्त। ਇਹਦੇ ਵੀ ਕੰਨ ਬੜੇ ਤੇਜ਼ ਜੇ। ਅੱਛਾ ਜੀ ਉਹ ਦਿਨ ਸ਼ੇਖੂਪੁਰੇ ਕੋ ਚੁਗਲੀ ਕਰ ਤੈਨੂੰ ਸੁਣਾਈ ਦੇ ਰਹੀ ਨਹੀਂ। ਹੁਣ ਖਾਣਾ ਕੀ ਹੈ ਤੁਸੀਂ ਹੋਰ ਕੀ ਕਰੀਏ? ਜਾਂ ਮਾਮੇ ਨੂੰ ਫੋਨ ਕਰਨ ਕੋ 4 ਪਿਆਲੇ 150 ਦੇ ਹਿਸਾਬ ਨਾਲ ਹਾਫ ਪਿਆਲਾ ਤੁਹਾਨੂੰ ਦੇ ਦੇ। ਉਹ ਤਾਂ ਪਿੰਡ 'ਚ ਹੀ ਲਾਏ ਨੇ ਪਾਵੇ 150 ਰੁਪਏ ਦਾ ਪਿਆਲਾ ਹਾਫ ਮੈਨੂੰ ਕਮੇਟੀ ਪਾਣੀ ਪੈਣਾ। ਉਹਦੀ ਕਮੇਟੀ ਹਾਂ ਕੰਨਾਂ ਦੇ ਹਿਸਾਬ ਨਾਲ ਹੀ ਗੱਲ ਕਰ ਰਹੇ ਆ। 150 ਦੀ 150 ਦੀ ਕਮੇਟੀ 54 ਹਫ਼ਤਾ ਦੇ ਰਹੇ ਆ। 3 saal ਘਰ ਦਾ ਪਾਲਿਆ ਕੁੱਤਾ ਨਹੀਂ ਹੁੰਦਾ ਲੰਮੇ ਕੰਨਾਂ ਵਾਲਾ ਜਿਹੜਾ ਉਹ ਲੱਗ ਰਹੇ ਨੇ ਉਹਨ ਭਈ ਇਹਦੇ ਕੰਨਾਂ ਦੇ ਨਾਲ ਹੋਈ ਮੇਰੇ ਨਾਲ ਹੋਈ ਬੰਦੇ ਨੇ ਨਹੀਂ ਮਾਣੇ ਵਰਗੇ ਬੰਦੇ ਨੂੰ ਵੇਖਣਾ ਹੋਵੇ ਨਾ ਮਾਣੇ ਵਰਗੇ ਬੰਦੇ ਨੂੰ ਉਹ ਚਾਬੀ ਵਾਲਾ ਸਕੂਟਰ ਲਾਵਾ ਨਾ ਉੱਤੇ ਇਹੋ ਡਰਾਈਵਰ ਬੈਠੇ ਆਂਦੇ ਨਹੀਂ ਵੈਸੇ ਮਾਣੇ ਦਾ ਤੇ ਬੜਾ ਚਾਕਲੇਟ ਕਲਰ ਹੈ। ਹਾਂ ਹਾਂ ਤੁਹਾਡੇ ਹੈ ਨਾ ਪੂਰੀ ਦੁਨੀਆ ਹੀ ਫੇਵਰੇਟ ਕਲਰ ਹੈ ਜੀ ਇਹ ਚਾਕਲੇਟ ਕਲਰ।
ਤੇ ਇਹੋ ਜਿਹੀ ਚੌਲੜ ਹਰਾਮ ਹੁੰਦੀ ਪਾਕਿਸਤਾਨ ਆਲੂ ਬੜੀਆਂ ਬਣਾ ਲਈਏ ਤੁਹਾਡੇ ਲਈ ਤੇ ਖਾਨ ਸਾਹਿਬ ਚਵੜਾਂਗੇ ਕਿਵੇਂ ਤੁਸੀਂ ਨਹੀਂ ਚਵੜਨਾ ਅੱਛਾ ਤੁਸੀਂ ਨਿਕਲੋਗੇ ਤੇ ਉਹ ਬਾਹਰ ਨਿਕਲਣਗੀਆਂ ਆਲੂ ਬੜੀਆਂ ਪਤਾ ਤੁਹਾਨੂੰ ਨਹੀਂ ਜਿਸ ਤਰ੍ਹਾਂ ਉਹ ਤੋੜੀਆਂ ਚ ਬੜੀਆਂ ਪੈਂਦੀਆਂ ਛੋਟੀ ਛੋਟੀ ਦਾਲ ਮਾਸ਼ ਕੀ ਜੋ ਬਣੀ ਹੁੰਦੀ ਹੈ ਉਹ ਹੁੰਦੀਆਂ ਦਾਲ ਦੀਆਂ ਬੜੀਆਂ ਬਣਦੀਆਂ ਉਹ ਪਿੰਡਾਂ ਦੇ ਵਿੱਚ ਉਹਨਾਂ ਨੂੰ ਕਹਿੰਦੇ ਨੇ ਅਮਾਨੁੱਲਾ ਖਾਨ ਸਾਹਿਬ ਅੱਲਾਹ ਸੌ ਸੌ ਵਾਰੀ ਜਨਤਾ ਨੂੰ ਘਰ ਕਰੇ ਕਹਿੰਦੇ ਨੇ ਉਹ ਕਿਸੇ ਦੇ ਘਰ ਨਾ ਫੈਸਲਾਬਾਦ ਡਰਾਮਾ ਕਰਨ ਗਏ ਤੇ ਰੋਟੀ ਖਾਣ ਗਏ ਕੋਈ ਐਕਟਰ ਸੀ ਤੇ ਅਚਾਨਕ ਹੀ ਉਹਦੇ ਚੱਲ ਗਏ ਤੇ ਉਹ ਕਹਿੰਦੇ ਓਏ ਖਾਨ ਜੀ ਤੁਸੀਂ ਅਮਾਨ ਸਾਹਿਬ ਤੁਸੀਂ ਅਚਾਨਕ ਹੀ ਆ ਗਏ ਤੇ ਮੈਂ ਤੇ ਕੁਛ ਪਕਾਇਆ ਹੀ ਨਹੀਂ ਹੋਇਆ ਘਰ ਤੇ ਖਾਨ ਸਾਹਿਬ ਕਹਿੰਦੇ ਫਿਰ ਵੀ ਕੀ ਪੱਕਿਆ ਕੀ ਕਹਿੰਦੇ ਖਾਨ ਸਾਹਿਬ ਹੁਣ ਤੁਸੀਂ ਰਾਤ ਨੂੰ 2:30 ਵਜੇ ਆਏ ਹੋ ਤੇ ਮੈਂ ਤੇ ਆਲੂ ਬੜੀਆਂ ਪਕਾਈਆਂ ਤੇ ਕਹਿੰਦੇ ਚੱਲ ਠੀਕ ਹੈ ਫਿਰ ਮੈਂ ਬਹਿ ਕੇ ਕੱਢੀ ਜਾਵਾਂਗਾ ਕਹਿੰਦੇ ਆਲੂ ਬੜੀਆਂ ਕਹਿੰਦੇ ਫਿਰ ਤੂੰ ਮੈਂ ਕੋਲ ਬਹਿ ਕੇ ਕੱਢੀ ਜਾਵਾਂਗਾ ਬੜੀਆਂ ਨੇ ਕੱਢੀ ਜਾਵਾਂਗਾ ਮਾਨੁੱਲਾ ਖਾਨ ਸਾਹਿਬ ਕਿਆ ਬਾਤ ਜੀ ਇਹਨਾਂ ਦੇ ਬੰਦੇ ਇੱਕ ਅਕੈਡਮੀ ਹੋਏ ਨੇ ਇੱਕ ਕਾਲਜ ਹੋਏ ਨੇ ਹਾਜੀ ਅਲਬੇਲਾ ਸਾਹਿਬ ਬੜਾ ਕਿਆ ਬਾ ਬੜੇ ਮਿੱਠੇ ਤੇ ਬੜੇ ਸੁਰੀਲੇ ਫਨਕਾਰ ਹੈਗੇ ਹਾਜੀ ਅਲਬੇਲਾ ਸਾਹਿਬ ਉਹ ਕਿਸੇ ਨੇ ਬਾਬੇ ਬਣੇ ਨੇ ਤੇ ਬਾਬੇ ਤੋਂ ਖੇਡਦੇ ਸਨ ਅਲਮਰ ਕਹਿੰਦੇ ਬਾਬਾ ਜੀ ਤੁਸੀਂ ਪਾਣੀਪਤ ਦੀ ਜੰਗ ਵੇਖੀ ਤੇ ਉਹਨਾਂ ਜੀ ਵੇਖਿਆ ਉਹਦੇ ਕਿ ਮੈਨੂੰ ਬਹੁਤਾ ਹੀ ਪੁਰਾਣਾ ਕਰ ਰਿਹਾ ਕਹਿੰਦੇ ਹਾਂਜੀ ਮੈਂ ਦੇਖੀ ਜੰਗੇ ਪਾਣੀਪਤ ਕਹਿੰਦੇ ਕਿ ਕਹਿੰਦੇ ਜੀ ਉੱਥੇ ਜੰਗ ਲੱਗੀ ਸੀ ਤੇ ਇੱਧਰ ਮੈਂ ਬਹਿ ਕੇ ਤੇ ਟੋਏ 'ਚ ਪਾਣੀ ਪਾ ਕੇ ਤੇ ਪਤ ਪਤ ਮਨਵਰ ਜ਼ਰੀਫ ਸਾਹਿਬ ਐਕਟਿੰਗ ਕਰਨ ਆਉਂਦੇ ਨੇ ਫਿਲਮਾਂ 'ਚ ਸਟੂਡੀਓ ਦਾ ਗੇਟ ਹੈ ਤੇ ਸਟੂਡੀਓ ਦੇ ਗੇਟ 'ਚ ਲੱਕੜੀ ਤੇ ਮਨਵਰ ਜ਼ਰੀਫ ਸਾਹਿਬ ਨੇ ਪਾਈ ਹੈ ਤੇ ਫਿਲਮ 'ਚ ਕੰਮ ਲੈਣ ਆਏ ਨੇ ਤੇ ਅੱਗੋਂ ਸਟੂਡੀਓ ਦਾ ਗੇਟ ਐਵਰ ਨਹੀਂ ਹੁੰਦਾ ਸਹੀ ਫਿਲਮ 'ਚ ਤੇ ਨੰਨਾ ਸਾਹਿਬ ਅੱਲਾ ਸੌ ਸੌ ਵਾਰੀ ਜਨਤਾ 'ਚ ਕਰ ਕਰੇ ਮਨਵਰ ਸਾਹਿਬ ਨੂੰ ਅੱਲਾ ਪਾਕ ਜਨਤਾ 'ਚ ਕਰ ਰਹੇ ਤੇ ਨੰਨਾ ਸਾਹਿਬ ਨਿਕਲ ਰਹੇ ਨੇ ਤੇ ਮਨਵਰ ਜੀ ਸਾਹਿਬ ਅੰਦਰ ਵੜ ਰਹੇ ਤੇ ਮਨਵਰ ਜੀ ਸਾਹਿਬ ਨੂੰ ਕਹਿੰਦੇ ਨੰਨਾ ਸਾਹਿਬ ਤੁਹਾਨੂੰ ਅੱਲਾ ਨੇ ਬੜੀ ਇੱਜ਼ਤ ਦਿੱਤੀ ਤੇ ਅੱਗੋਂ ਨੰਨਾ ਸਾਹਿਬ ਕਹਿੰਦੇ ਤੂੰ ਵਾਪਸ ਲੈਣ ਆਇਆ ਇਹ ਫਿਲਮ ਵੀ ਕਰ ਰਹੇ ਸ਼ੌਕੀ ਖਾਨ ਸਾਹਿਬ ਬੜੇ ਵੱਡੇ ਕਲਾਕਾਰ ਸਨ ਅੱਲਾ ਪਾਕ ਉਹਨਾਂ ਨੂੰ ਵੀ ਜੰਨਤੁਲ ਫਿਰਦੌਸ ਸ਼ੌਕੀ ਖਾਨ ਸਾਹਿਬ ਦੀ ਕਿਆ ਬਾਤ ਸ਼ੌਕੀ ਖਾਨ ਸਾਹਿਬ ਦੀ ਤਾਂ ਅਸੀਂ ਮਸਾਲਾਂ ਸੁਣੀਆਂ ਨੇ ਕਿ ਐਡਾ ਤੂੰ ਸ਼ੌਕੀ ਖਾਨ ਵਿਚਾਰੇ ਫੋਤ ਬੜੀ ਜਲਦੀ ਹੋ ਗਈ ਤੇ ਐਕਸੀਡੈਂਟ ਹੋ ਗਿਆ ਸੀ ਲੋ ਜੀ ਅਸੀਂ ਹੱਥ ਸੇਕਦੇ ਸੇਕਦੇ ਇੱਧਰ ਆ ਗਏ ਤੇ ਤਕਰੀਬਨ ਸਾਡੇ ਪਾਵੇ ਰੈਡੀ ਨੇ ਜੀ ਇਹ ਦੇਖੋ ਕਿਆ ਖੂਬਸੂਰਤ ਵਾਈਟ ਕਲਰ ਹੈ ਠੀਕ ਹੈ ਜੀ ਚਿੱਟੇ ਪਾਵੇ ਨੇ ਤੇ ਇਹ ਹੋ ਗਿਆ ਸਾਡਾ ਰੈਡੀ ਤੇ ਅਸੀਂ ਹੁਣ ਮਿਲਨੇ ਆ ਦਸਤਰਖਾਨ ਤੇ ਮਿਲਨੇ ਜੀ ਭੈਣ ਦੇ ਭਰਾ ਤੇ ਅਸੀਂ ਆ ਗਏ ਆਪਣੇ ਦਸਤਰਖਾਨ ਤੇ ਮਾਨੇ ਆ ਕਾਲੀ ਮਿਰਚੇ ਗਰਮ ਮਸਾਲਾ ਜਿਹੜਾ ਇਹਦੇ ਨਾਲ ਪਿਆ ਹੈ ਉਹ ਲਿਆ ਵੈਸੇ ਤੇ ਅਸੀਂ ਫਾਸਟ ਮਸਾਲੇ ਖਾਂਦੇ ਪਾਓ ਯਾਰ ਫਟਾਫਟ ਮੇਰੇ ਵੱਲ ਵੇਖਣਾ ਆਹ ਪਾਓ ਫਟਾਫਟ ਪਾਓ ਸੁਭਾਨ ਅੱਲਾਹ
बोटी मेरी ज्यादा फेवरेट है जी पायल ही होंगी मैं आपको मौके पे नहीं कभी अच्छा देखने का अपना मजा था खाने का अपना असि प्याज घट पाने पावे ते ना टमाटर नहीं पाई दे मनिका जी हाँ जी चोपी हो गए हो सोना हो गए हो एक एक कोटला हो तेरा प्लेट दा पावे तो बाहर चोपी हो जाता बंदा अच्छा मोशी खा रहे ठंड बड़ी पाई है अच्छा कुछ चीजा होंगे ने जिन्होंने तुम नहीं सलाद का मजा आता मतलब जिम्मे पावे भी ने हाँ जी ए मैं नहीं कोई चीज शेयर करता ना चटनी ना सलाद बनती नहीं खूबसूरत देखो पावे की बूटी चिट्टी सफेद दे पावे की बूटी अपनिया बहुत सारिया दुआवां सानू याद रखना असीं सारे आपणियां दुआवां तुहानूं याद रखांगे अपने घर च इंजी मजेदार ते प्यारे प्यारे खाने बना के आप भी खाओ अपने बच्चियां नूं भी ते अपने वड्डियां नूं भी खाओ अल्लाह हाफिज़।